ਟਰੱਕ ਤੇ ਆ ਪਾਸੇ ਚੱਕਰ ਹੋਈ ਹੈ ਜੀ। ਟਰੱਕਾਂ ਦਾ ਕਸੂਰ ਹੈ, ਟਰੱਕਾਂ ਦਾ ਟਰੱਕ ਆ ਰਿਹਾ ਸੀ ਪਤਾ ਨਹੀਂ।
ਮੇਰੇ ਬੱਸ ਤਾਂ ਗ੍ਰੀਨ ਫੀਲਡ ਤੇ ਸੀ। ਸਕੂਲ ਜਾਂਦੇ ਸੀ ਬੱਸ ਤਾਂ ਵੀਰੇ, ਰੋਡ ਤੇ ਜਾਈ ਜਾਂਦੀ ਸੀ। ਟਰੱਕ ਵਾਲੇ ਨੇ ਮੂਹਰੇ ਲਿਆਂਦੀ ਵਿੱਚ ਮਾਰਿਆ, ਮੂਹਰੇ ਲਿਆਂਦ ਕੇ ਵੀਰੇ 42 ਬੱਚੇ ਸੀ। ਨਹੀਂ ਵੀਰੇ ਰੋਡ ਨੀ ਵੀਰੇ ਮੈਨੂੰ ਪਤਾ ਕਿਹੜਾ ਗ੍ਰੀਨ ਫੀਲਡ ਸਕੂਲ ਦੀ ਬੱਸ ਇੱਦਾਂ ਕੱਢਦੀ, ਇਸ ਰੋਡ ਕਰਨੀ ਆ ਰਹੀ ਸੀ। ਉਹਦੇ ਭੱਠਾ ਰੋਡ ਤੋਂ ਜੀ ਉਹਨੇ ਕੈਂਟਰ ਸਿੱਧਾ ਮੂਹਰੇ ਸਿੱਧਾ ਕਰਤਾ ਜੀ, ਜਗ ਭੱਠਾ ਤੋਂ ਸਿੱਧਾ ਇੱਧਰ ਤਰੋਲ ਡਿਗੜੀ ਬਾਈਪਾਸ ਤੋਂ 8 ਤੋਂ ਸਿੱਧਾ ਮੂਹਰੇ ਕਰਤਾ। ਕਿੰਨੇ ਬੱਚੇ ਬੱਚੇ 42 ਬੱਚੇ ਸਰ। ਹਾਂਜੀ ਕਿੰਨੇ ਵਜੇ ਦੀ ਗੱਲ ਹੈ? ਹਾਂਜੀ ਸਰ ਕਿੰਨੇ ਵਜੇ ਦੀ ਘਟਨਾ? 1 ਵਜੇ ਘਟਨਾ ਜੀ, ਪੌਣੇ 1 ਵਜੇ। ਕਿੱਥੋਂ ਲੈ ਕੇ ਆ ਰਹੇ ਸੀ ਬੱਚੇ? ਇਹ ਬੱਚੇ ਸਰ ਪਨੇਰ ਆ ਜੀ ਆ ਜੀ ਕੋਟ ਦੇ ਨਾਲ ਕਾਲੇ ਕਿਆਂ ਦੇ ਵਿੱਚ ਸਕੂਲ ਨੂੰ ਜਾ ਰਹੇ ਸੀ। ਹਾਂ ਸਕੂਲ ਨੂੰ ਜਾ ਰਹੇ ਸਰ। ਕਿੰਨੇ ਬੱਚੇ ਘਟਨਾ? ਬੱਚੇ ਸਰ ਮੈਨੂੰ ਤਾਂ ਨਹੀਂ ਪਤਾ ਜੀ ਕਿੰਨੇ ਵਜੇ ਚੰਦ ਲਏ ਕਿਹਨਾਂ ਲਿਆ ਜੀ ਚੱਕੀ ਦਾ। ਬਸ 5-7 ਬੱਚਿਆਂ ਦਾ ਪਤਾ ਜੀ ਕਿਹੜਾ ਵਾਲਾ ਹੈ, ਹੋਰ ਦੂਜਿਆਂ ਦਾ ਕੁਛ ਪਤਾ ਨਹੀਂ। ਸਿੱਧੇ ਸਿੱਧੀ ਟੱਕਰ ਹੋ ਗਈ ਯਾਰ, ਸਿੱਧਾ ਮੂਹਰੇ ਕਰਤਾ ਲਿਆ ਪਿਆ। ਕਿਹੜੇ ਸਕੂਲ ਦੀ ਗੱਲ ਯਾਰ? ਗ੍ਰੀਨ ਫੀਲਡ ਦੀ ਹੈ ਜੀ, ਦਾਨਗੜ੍ਹ ਸਕੂਲ ਦੀ। ਅੱਜ ਤਕਰੀਬਨ 8-10 ਤੇ ਸਵੇਰੇ ਜੀ ਸਕੂਲ ਬੱਸ ਦਾ ਜਿਹੜਾ ਐਕਸੀਡੈਂਟ ਹੋਇਆ, ਉਹਦੇ ਵਿੱਚੋਂ ਵੱਖ ਵੱਖ ਤਰ੍ਹਾਂ ਦੇ ਬੱਚੇ ਅਤੇ ਉਹਨਾਂ ਦੇ 2 ਸਟਾਫ ਮੈਂਬਰ ਐਮਰਜੈਂਸੀ 'ਚ ਅਸੀਂ ਰਿਸੀਵ ਕੀਤੇ, ਅਤੇ ਕੁਛ ਜਿਨ੍ਹਾਂ ਦੇ ਪੇਸ਼ੈਂਟਸ 'ਤੇ ਟਾਂਕੇ ਲੱਗਣੇ ਸੀ ਇਮੀਜੀਏਟਲੀ ਉਹ ਲਾ ਕੇ ਫਿਰ ਐਕਸਰੇ ਕਰਾਏ ਗਏ। ਤਕਰੀਬਨ 3 ਬੱਚਿਆਂ ਦੇ ਤਾਂ ਫ੍ਰੈਕਚਰ ਆਇਆ, ਉਹਨਾਂ ਨੂੰ ਔਰਥੋ ਡਿਪਾਰਟਮੈਂਟ 'ਚ ਭੇਜ ਦਿੱਤਾ ਗਿਆ। 1 ਦੇ ਸਿਰ 'ਚ ਸੱਟ ਸੀ, ਉਹਦੇ ਸ਼ਾਇਦ ਸੀਟੀ ਸਕੈਨ ਦੀ ਜ਼ਰੂਰਤ ਸੀ, ਉਹਨੂੰ ਵੀ ਰੈਫਰ ਕਰਕੇ ਅਸੀਂ ਸਿਵਲ ਹਸਪਤਾਲ ਬਰਨਾਲੇ 'ਚ ਭੇਜ ਦਿੱਤਾ ਹੈ। ਬਾਕੀ ਸਭ ਨੂੰ ਫਸਟ ਏਡ ਦੇ ਕੇ ਅਤੇ ਇੰਜੈਕਸ਼ਨ ਦੇ ਕੇ ਆਬਜ਼ਰਵੇਸ਼ਨ 'ਚ ਰੱਖ ਲਿਆ। ਜਿਹੜੇ ਜਿਹੜੇ ਠੀਕ ਪ੍ਰਤੀਤ ਹੋਏ ਜਾਣਗੇ ਉਹਨਾਂ ਨੂੰ ਅਸੀਂ ਘਰ ਭੇਜ ਦੇਵਾਂਗੇ, ਪਰ ਰੱਬ ਦੀ ਕਿਰਪਾ ਨਾਲ ਕੈਜੂਅਲਟੀ ਕੋਈ ਨਹੀਂ ਹੋਈ ਅਤੇ ਜਿੰਨੇ ਐਡਮਿਟ ਕੀਤੇ ਨੇ ਸਾਰੇ ਦੇ ਸਾਰੇ ਸਟੇਬਲ ਨੇ। ਅਤੇ ਅੱਜ ਦਾਣਾ ਆਪਣਾ ਵੱਡੇ ਹਾਈਵੇ ਤੋਂ ਭੱਠਾ ਰੋਡ 'ਤੇ ਜਿਹੜਾ ਜਾ ਰਿਹਾ ਸ਼ਹਿਰ ਨੂੰ ਰਸਤਾ, ਉਹਦੇ ਉੱਤੇ ਕੱਟ ਦੇ ਉੱਪਰ ਹੋਇਆ। ਉੱਧਰ ਸਕੂਲ ਵਾਲੀ ਗੱਡੀ ਵੀ ਆ ਰਹੀ ਸੀ, ਇੱਧਰੋਂ ਜੋ ਦੂਜਾ ਟਰੱਕ ਸੀਗਾ ਉਹ ਬਰਨਾਲਿਓਂ ਭੱਠਾ ਸਾਈਡ ਨੂੰ ਜਾ ਰਿਹਾ ਸੀ ਸ਼ਹਿਰ ਵੱਲ ਨੂੰ, ਅਤੇ ਉੱਧਰ ਗੱਡੀ ਵੀ ਆ ਰਹੀ ਸੀ ਰਫਤਾਰ ਦੇ ਵਿੱਚ। ਜਦੋਂ ਉਹ ਗੱਡੀ ਉਹਨੇ ਟਰੱਕ ਵਾਲੇ ਨੇ ਗੱਡੀ ਆਪਣੀ ਕ੍ਰੋਸ ਕਰਤੀ, ਟਰੱਕ ਸਾਰਾ ਲੰਘ ਚੁੱਕਿਆ ਟਰੱਕ ਸਾਰਾ, ਮਗਰ ਟਰੱਕ ਦਾ ਡਾਲਾ ਖੁੱਲ੍ਹਾ ਸੀਗਾ ਅਤੇ ਉੱਧਰੋਂ ਮਗਰੋਂ ਸਕੂਲ ਵਾਲੀ ਗੱਡੀ ਆ ਰਹੀ ਸੀ। ਉਹ ਤੋਂ ਸਪੀਡ ਹੋਣ ਕਾਰਨ ਉਹ ਤੋਂ ਕੰਟਰੋਲ ਨਹੀਂ ਹੋਇਆ, ਜੇ ਮਾੜੇ ਮੋਟੇ ਬ੍ਰੇਕ ਲਾ ਦਿੰਦਾ ਉਹ ਮਤਲਬ ਐਡਾ ਹਾਦਸਾ ਨਹੀਂ ਵਾਪਰਦਾ ਸੀਗਾ। ਉਹ ਟਰੱਕ 'ਚ ਪਿੱਛੋਂ ਵੱਜੀ, ਟਰੱਕਾਂ ਲੰਘ ਚੁੱਕੇ ਸੀਗਾ। ਇਹ ਸ਼ਾਇਦ ਗ੍ਰੀਨ ਆਪਣਾ ਗ੍ਰੀਨ ਫੀਲਡ ਸਕੂਲ ਦੀ ਵੈਨ ਹੈ, ਗ੍ਰੀਨ ਫੀਲਡ ਸਕੂਲ ਹੈ ਜੀ।